छिलो भैया समान ऐता ए जेड़े जेड़ी जेड़ी खुश है यार मैंने चेहरे समाए मेनू देख के आंदी है पास ना ना भी तां चल फोटो बनाई ना जान के बनाई तू मैं मैसेज आया कहिंदे ओ बंदा वा ते मैं फिर बाद गौर कीता मैं बंदा ते ओही है जिहड़े फ्लैट च धक्के मारने कढ़े आपां हाथ ना चुक दे माड़ा जा तोलिया चुकी माड़ा चुकी समान नहीं कहना समान नहीं कहना सौदा कहना वा राशन राशन कहना वा आजा यार नहीं तो गई रेडी है नो रिपीट है करो चेक फिर चलिए फिर चलिए भी अज दो चार काम करके उन्हें जरूरी है फिर आगे सरपंच खड़ा जो टाइम सर मुड़ आए तो सरपंच की शॉपिंग अच्छ पक्की है नहीं तो फिर कल 100% डन है भी ठीक है शॉपिंग अज मैं बड़ा जरूरी काम है एक जलंधर उधर चले ना भांजे ने छे कहना भांजे के पिंड भी जाके आना भांजा कहना मेरे को पिंड नहीं आते अज के पिंड भी जावे तो ना जलंधर एक दो काम करा
ਚਲੋ ਵੀ ਯਾਰ ਮੇਰੇ ਚਿਹਰੇ ਸਮਾਏ ਮੈਨੂੰ ਵੇਖ ਕੇ ਆਉਂਦੀ ਏ ਸਰਪੰਚਾ ਕੀ ਕਰਦਾ ਰਹਿੰਦਾ ਗੁਰਾ ਗੁਰੀ ਨੂੰ ਤੂੰ ਦਾਦਾ ਨੇ ਘੁਮਾ ਫਰਾ ਕੇ ਲਿਆ ਤੂੰ ਆਪਣੇ ਚੋਰੀ ਗਿਆ ਬਾਹਰੋਂ ਘੇਰ ਲਿਆ ਨੂੰ ਅੰਡੇ ਲੈਣ ਜਾਂਦਾ ਅੰਡੇ ਭੁੱਲੇ ਆਉਂਦਾ ਪੂਰੀ ਸਮਾਨ ਲਿਆਉਂਦਾ ਜਾ ਕੇ ਲਹਿਰ ਕੱਢੀ ਭਰਾਵਾ ਉਹਨੇ ਕਹਿ ਰਿਹਾ ਸੀ ਮੈਂ ਬੜਾ ਮਜ਼ਾ ਆਇਆ ਭੈਣ ਨਿਕਲ ਗਿਆ ਚਲੋ ਚਲੋ ਚੱਲੇ ਆ ਸਰਪੰਚ ਅਸੀਂ ਜਿਮ ਲਾ ਤੂੰ ਓਏ ਹੋਏ ਹੋਏ ਗੁਰੂਆ ਲੁੱਕ ਚੱਕ ਕਰੋ ਮੁੰਡੇ ਦੀ ਕਾਹਨੂੰ ਗੱਲਾਂ ਹੋਈਆਂ ਪਈਆਂ ਕਾਹਨੂੰ ਅੱਛਾ ਠੀਕ ਆ ਮਿੱਤਰਾ ਯਾਰ ਹੁਣੇ ਤਿਆਰ ਤਰ ਹੋ ਕੇ ਨਿਕਲ ਚੁੱਕੇ ਨੇ ਸਿੱਧਾ ਜਾਣ ਦੋ ਭਾਈ ਫਿਰ ਲੋਕ ਕਹਿੰਦੇ ਹੈ ਡਰਾਈਵਰ ਕਾ ਮੂੰਹ ਨਹੀਂ ਦਿਖਾਤੇ ਕਿਉਂ ਦਿਖਾਏ ਭਾਈ ਕਿਉਂ ਦਿਖਾਏ ਪੰਜ ਕਾ ਦੇਖ ਲਓ ਮੇਰਾ ਦੇਖ ਲਓ ਹੈਂ ਅਭੀ ਹਮ ਜਾ ਰਹੇ ਹੈ ਗੁਰੂ ਮਹਾਰਾਜ ਕੇ ਦਰਸ਼ਨ ਕੇ ਲੀਏ ਉਸਕੇ ਬਾਅਦ ਹਮ ਜਾਏਂਗੇ ਪੈਰਿਸ ਕੇ ਪਾਸ ਉਸਕੇ ਬਾਅਦ ਹਮ ਜਾਏਂਗੇ ਮਹਾਵੀਰ ਕੀ ਸ਼ੋਪਿੰਗ ਕਰਨੇ ਠੀਕ ਹੈ ਔਰ ਮਹਾਵੀਰ ਹਮਸੇ ਥੋੜ੍ਹਾ ਸਾ ਨਰਾਜ਼ ਚੱਲ ਰਿਹਾ ਹੈ ਇਨ ਦਿਨੋਂ ਮੈਂ ਕਿਉਂਕਿ ਹਮਨੇ ਉਸਕੋ ਸ਼ੋਪਿੰਗ ਕਾ ਲਾਰਾ ਲਾ ਦਿੱਤਾ ਮਹਾਵੀਰ ਦਾ ਸ਼ੋਪਿੰਗ ਦਾ ਲਾਰਾ ਲਾਤਾ ਸੀ ਆਪਾਂ ਨੂੰ ਅਤੇ ਉਹ ਥੋੜ੍ਹਾ ਜਿਹਾ ਮੈਨੂੰ ਲੱਗਦਾ ਕਿ ਸਰਪੰਚ ਦਾ ਥੋੜ੍ਹਾ ਜਿਹਾ ਮੂਡ ਸੈੱਟ ਨਹੀਂ ਆ ਅਤੇ ਜਲੰਧਰ ਵਾਲਾ ਕੰਮ ਆਪਾਂ ਕੱਲ੍ਹ ਕਰ ਲਵਾਂਗੇ ਅੱਜ ਆਪਾਂ ਮਹਾਵੀਰ ਦੀ ਸ਼ੋਪਿੰਗ ਕਰਾ ਕੇ ਲਿਆਈਏ ਠੀਕ ਹੈ ਉਹਨੂੰ ਬਸ ਕਹਿ ਦਿੰਦਾ ਕਿਤੇ ਇਹ ਆਪਾਂ ਨੂੰ ਕਹਿਣਾ ਕਿ ਜੋ ਮਰਜ਼ੀ ਲੈ ਲਾ ਇਹ ਨਾ ਸ਼ਾਮ ਜੁਲੇ ਪਾ ਜਾਏ ਆਪਾਂ ਨੂੰ ਸ਼ਾਹ ਬਣਾ ਕੇ ਦਿਓ ਮੈਨੂੰ ਕਹਿਣਾ ਜੋ ਉਹਦਾ ਦਿਲ ਕਰਦਾ ਲੈ ਲੇ ਅੱਜ ਠੀਕ ਹੈ ਕਿਉਂਕਿ ਕੈਸ਼ ਸਾਡੇ ਕੋਲ ਪਿਆ ਇੱਧਰ ਖੋ ਸਾਡਾ ਚੋਰੀ ਤਾਂ ਨਹੀਂ ਸਾਡਾ 8 ਕਰੋੜ ਵਾਲੇ ਚੋ ਨਹੀਂ ਨਾ ਇੱਕ ਨੰਬਰ ਕਿਆ ਪੈਸਾ ਹੈ ਇੱਕ ਨੰਬਰ ਮੈਂ ਲਗਾਏਗੇ ਦੋ ਚਾਰ ਦਿਨ ਤੋਂ ਨਾ ਸਾਡੇ ਕੋਲ ਮੇਰੇ ਕੋਲ ਜਾਇਆ ਨਹੀਂ ਗਿਆ ਤੇ ਫੀਲ ਨਹੀਂ ਰਹਿੰਦੀ ਜ਼ਿੰਦਗੀ ਦੇ ਵਿੱਚ ਮਤਲਬ ਕਿ ਜਿੱਦਾਂ ਕਿ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਸੀ ਤੇ ਫੀਲਿੰਗ ਹੀ ਹੋਰ ਹੋ ਜਾਂਦੀ ਸੀ ਪੋਜ਼ਿਟਿਵ ਵਾਈਬ ਆਉਂਦੀਆਂ ਮਤਲਬ ਕਿ ਸਾਰਾ ਕੁਛ ਵਧੀਆ ਵਧੀਆ ਹੋਣ ਲੱਗ ਪੈਂਦਾ ਆ ਦੋ ਤਿੰਨ ਦਿਨ ਗਿਆ ਨਹੀਂ ਆ ਤੇ ਤੁਸੀਂ ਹੋਰ ਛੱਡੋ ਛੱਡੋ ਸ਼ਡਿਊਲ ਹੀ ਖਰਾਬ ਹੋ ਗਿਆ ਸਾਰਾ ਉੱਠਣ ਦਾ ਸੌਣ ਦਾ ਇਹ ਸਮਝ ਲਓ ਕਿ ਜੇ ਜਾਵਾਂਗੇ ਤਾਂ ਰੱਬ ਨੇ ਸਾਰੇ ਰਾਹ ਆਪਣੇ ਆਪ ਖੋਲ੍ਹੀ ਜਾਣੇ ਸਾਰੇ ਕੰਮ ਆਪਣੇ ਆਪ ਸਹੀ ਹੋਈ ਜਾਣੇ ਆ ਅਤੇ ਵੇਖ ਲਓ ਮੈਂ ਗੁਰੂ ਮਹਾਰਾਜ ਦੋ ਤਿੰਨ ਦਿਨ ਨਹੀਂ ਆਇਆ ਅਤੇ ਮੇਰੇ ਸਾਰੇ ਉਥਲ ਪੁਥਲ ਹੋ ਗਿਆ ਕੰਮ ਸਾਰਾ ਹੈ ਨਾ ਸੋ ਤਾਂ ਕਰਕੇ ਤੁਹਾਨੂੰ ਕਹਿੰਦਾ ਹੁੰਦਾ ਕਿ ਜਾਇਆ ਕਰੋ ਜਿੱਥੇ ਉਹ ਮਾਲਕ ਨੇ ਲੱਤ ਲਾ ਦੇਣੀ ਨਾ ਉੱਥੇ ਕਿਸੇ ਨੇ ਲੱਤ ਨਹੀਂ ਲਾਉਣੀ ਜਿੱਥੇ ਇਹਨੇ ਹੱਥ ਰੱਖ ਦੇਣਾ ਨਾ ਸਿਰ 'ਤੇ ਉੱਥੇ ਕੋਈ ਵੱਡੀ ਤੋਂ ਵੱਡੀ ਪਾਵਰ ਆਪਣੀ ਦੁਨੀਆ ਦੀ ਜਿਹੜੀ ਇਨਸਾਨੀ ਪਾਵਰਾਂ ਹੁੰਦੀਆਂ ਜਿਹੜੇ ਆਪਣੇ ਲੋਕ ਆਪਣੇ ਆਪ ਨੂੰ ਬਹੁਤ ਉੱਚਾ ਸਮਝਦੇ ਆ ਨਾ ਕਿ ਅਸੀਂ ਐਂ ਅਸੀਂ ਜੋ ਹਾਂ ਉਹਨਾਂ ਦਾ ਵੀ ਸਿਰ ਇੱਥੇ ਅੱਗੇ ਝੁਕਦਾ ਅਤੇ ਜੇ ਆਪਾਂ ਉਹਨਾਂ ਸਾਰਿਆਂ ਨੂੰ ਛੱਡ ਕੇ ਆਪਾਂ ਸਿਰ ਹੀ ਇਹਦੇ ਅੱਗੇ ਝੁਕਾ ਦਾਂਗੇ ਜਿੱਥੇ ਇਹਨੇ ਲੱਤ ਲਾ ਦੇਣੀ ਉੱਥੇ ਕੋਈ ਤੁਹਾਡਾ ਸਾਥ ਨਹੀਂ ਦੇ ਸਕਦਾ ਸੋ ਮੈਂ ਤਾਂ ਕਹਿੰਦਾ ਜਾਇਆ ਕਰੋ ਲਵ ਯੂ ਸਾਰੇ ਮਿੱਤਰਾਂ ਭਰਾਵਾਂ ਨੂੰ ਜਿਹੜੇ ਸਾਨੂੰ ਪਿਆਰ ਕਰਦੇ ਸਾਨੂੰ ਵੇਂਦੇ ਆ ਠੀਕ ਆ ਆਹ ਦੋ ਤਿੰਨ ਕੰਮ ਦਾ ਮੈਂ ਤੁਹਾਨੂੰ ਹਰ ਇੱਕ ਵਿਲਾਉ ਚ ਕਹਿੰਦਾ ਜਿੰਮ ਜਾਇਆ ਕਰੋ ਗੁਰਦੁਆਰਾ ਸਾਹਿਬ ਜਾਇਆ ਕਰੋ ਹੈ ਨਾ ਹੋਰ ਵੀ ਬੜੀਆਂ ਚੀਜ਼ਾਂ ਹੁੰਦੀਆਂ ਜੇ ਸਿੱਖਣਾ ਹੋਵੇ ਤੁਸੀਂ ਬੜਾ ਕੁਛ ਸਿੱਖ ਸਕਦੇ ਜੀ ਅਸੀਂ ਵੀ ਕਿਸੇ ਨਾ ਕਿਸੇ ਸਿੱਖੀਆਂ ਸੀ ਤੁਹਾਨੂੰ ਦੱਸ ਦਿੰਦੇ ਹਾਂ ਮਿੱਤਰ ਪੈਰਿਸ ਘੁੰਮਾ ਕੇ ਅਸੀਂ ਜਾਣ ਖਾਣ ਵਾਸਤੇ ਨਾਲੇ ਤੇ ਖਾਵਾਂਗੇ ਰੋਟੀ ਅਤੇ ਨਾਲੇ ਨੂੰ ਕਹਿਣਾ ਵੀਲ ਮੰਗਾ ਦੇ ਭਰਾਵਾ ਹੱਥ ਜੋੜੇ ਹਨ ਅਤੇ ਕਮੈਂਟ ਕਰਕੇ ਵੀਰਾਂ ਭਰਾਵਾਂ ਨੇ ਕਮਲਿਆ ਕਰਦਾ ਕਿ ਤੁਸੀਂ ਸਾਨੂੰ ਟੋਪੀਆਂ ਹੀ ਪਾਈ ਜਾਂਦੇ ਸਾਨੂੰ ਵੀਰ ਜੀ ਆਹ ਟੋਪੀਆਂ ਪਾਈ ਜਾਂਦਾ ਜੀ ਅਸੀਂ ਤੁਹਾਨੂੰ ਗਾੜੀ ਤਾਂ ਪਾਈ ਜਾਂਦੇ ਹਾਂ ਐਂ ਸੱਜੀਆਂ ਆਈਆਂ ਬਠਿੰਡੇ ਵਾਲੀਆਂ ਬਾਠ ਹੋਣੀਆਂ ਨੇ ਬਾਠ ਦੁਨੀਆ ਵੇਂਦੀ ਵੇਂਦੀ ਹੈ ਸਾਡੇ ਮੱਲੇ ਕੀ ਹਾਲ ਜੇ ਸਨੀ ਭਾਈ ਤਿਆਰੀ ਖਿੱਚ ਲਓ ਸ਼ਿਮਲੇ ਕੀ ਨਹੀਂ ਨਹੀਂ ਸੱਚੀ ਮੈਂ ਜਿੱਦਣ ਪੈਨ ਪੈਰਸ ਨੂੰ ਕਿੱਥੇ ਇਹਨੂੰ ਕਿ ਵੀਲ ਮੰਗਾ ਦੇ ਭਰਾ ਤੇਰਾ ਭਲਾ ਜੇ ਤੇਰਾ ਮੈਨੂੰ ਖੈਰ ਨਹੀਂ ਲੱਗਦੀ ਬਾਲ ਸੜਾ ਛੋਟੇ ਪਿੰਡ ਆਉਂਦੇ ਨਹੀਂ ਤੇ ਚੰਗੀ ਤਰ੍ਹਾਂ
ਲਾਗੇ ਕਰੀ ਮਾੜੀ ਪੈਰ ਪੂਰੀ ਕੰਜੀ ਕਿਹੜਾ ਦੇ ਕਰਾਂ ਪੂਰੀ ਹਾਂ ਕਿਹੜਾ ਦੇ ਲਿਆ ਦੇਵ ਟ੍ਰਿਮਰ ਇਹ ਪੁੱਛਣਾ ਸਟਾਜ ਕੀ ਨੀਚੇ ਦੀ ਐਕਸ਼ਨ ਲੈ ਲਿਆ ਵੀਰ ਮੰਗਾ ਦੇ ਯਾਰ ਹੋ ਗਿਆ ਤੁਹਾਡਾ ਕੰਮ ਕਿਦਣ ਆਉਣਗੇ ਸੰਡੇ ਤੋਂ ਪਹਿਲਾਂ ਪਹਿਲਾਂ ਤੂੰ ਬੁੱਧਵਾਰ ਗਿਆ ਸੀ ਸੰਡੇ ਤੋਂ ਪਹਿਲਾਂ ਗੱਡੀ ਸੰਡੇ ਪਰਸੋਂ ਹੀ ਆ ਸਾਡੇ ਕਿਹੜਾ ਦੂਰ ਹੈ ਪਹਿਲਾਂ ਗੱਡੀ 'ਚ ਪਾ ਦਾਂਗੇ ਹੈ ਉਸ ਤੋਂ ਪਹਿਲਾਂ ਪਾ ਦਾਂਗੇ ਗੱਡੀ 'ਚ ਪਾ ਦੇ ਯਾਰ ਨਿਸ਼ਾਨ ਵੀ ਸੇਮ ਕਹਿਣ ਡਿਆ ਉਹੀ ਜਿਹੜੇ ਮੈਂ ਕਿਹਾ ਵਾ ਦੋ ਪੀਸ ਮੰਗਾ ਲਾ ਕਰ ਲੈ ਪਤਾ ਪਰ ਟਾਇਰ ਗੁੱਡੀ ਵਾਲੀ ਚਾਹੀਦੀ ਦੋਵਾਂ ਨੂੰ ਉਹ ਮੈਂ ਤੁਹਾਨੂੰ ਟਾਇਰ ਉਦਾਂ ਦੇ ਹੀ ਪਾਵਾਂਗੇ ਜਿੱਦਾਂ ਆਪਾਂ ਥਾਰ 'ਚ ਪਾਏ ਹਾਂ ਉਦਾਂ ਦਾ ਚੌੜਾ ਟਾਇਰ ਜਿੰਨਾ ਚੌੜਾ ਪੈਸੇ ਦਾ ਪਾ ਦੀ ਬਿਸਕੁਟ ਦੇਈ ਨਾਲ ਬਿਸਕੁਟ ਹੈਗੇ ਹਾਂ ਬਿਸਕੁਟ ਇਹਨਾਂ ਨੂੰ ਕੀ ਕਿਹੜੇ ਆ ਪਹਿਲਾਂ ਤੁਸੀਂ ਮਰੋੜੀ ਬੇਕਰੀ ਵਾਲੇ ਹਾਂ ਕੰਮ ਮੇਰੇ ਵੀਰੇ ਬਿਸਕੁਟਾਂ ਬਿਸਕੁਟ ਪਿਆ ਜਿਹਦੇ ਭਾਂਜ ਨੇ ਜੋੜਾ ਜੋੜਾ ਨੱਪਣ ਡੇ ਮਿੰਟ ਚ ਪਤਾ ਕੀ ਕਰਦੇ ਇੱਧਰ ਬਿਸਕੁਟ ਸਕਦੇ ਮੇਰੇ ਮੁੰਡਾ ਆ ਰਿਹਾ ਪਿੰਡੋਂ ਉੱਧਰ ਹੀ ਖਗਾ ਕੇ ਨੇ ਫੇਰ ਬੈਠਦੇ ਮੇਰੇ ਕੰਦਰ ਇਹ ਨਾਰਮਲ ਪੇ ਨਹੀਂ ਪਰਸ ਤੈਨੂੰ ਪਤਾ ਪੇ ਵਾਲੀ ਗੱਲ ਕੀ ਆ ਨਾਰਮਲ ਪੇ ਨਹੀਂ ਹੈ ਨਹੀਂ ਹਜੇ ਪਿੱਛੇ ਆ ਵੀ ਲੈ पैसे बड़ी भुख लगी चलिए लांटे लांटे बड़े पिछे हथ रखे मंजा बेल डेपे लगा ली मित्रा ਬੀਲਾਂ ਦੀ ਪੇਮੈਂਟ ਤੈਨੂੰ ਪਹਿਲਾਂ ਕਰਾਤੀ ਹੋ ਜਾਵੇ ਜੇ ਬੀਲ ਨਾ ਨਾ ਆਏ ਤੇ ਮੈਂ ਤੈਨੂੰ ਲੰਮੇ ਪਾ ਲੈਣਾ ਹੀ ਹੁਣ ਐਤਵਾਰ ਦਾ ਕਹਿ ਤਾ ਸਨੀ ਵੀਰੇ ਨੇ ਹਾਂਜੀ ਐਤਵਾਰ ਦਾ ਕਹਿ ਨੇ ਤੇ ਮੈਂ ਜੇ ਐਤਵਾਰ ਹੀ ਨਾ ਬੀਲ ਮੰਗਾਏ ਤੇ ਵੇਲਾ ਡਨ ਆ ਵੇਲਾ ਤੈਨੂੰ ਦੇ ਦਿੰਦਾ ਹੀ ਹਾਂ ਸਨੀ ਬਾਈ ਮੇਰੇ ਕੋਲ ਯਾਦ ਨਹੀਂ ਹੋਰ ਚਾਹੀਦੀ ਹੋਰ ਦੱਸ ਦੇ ਨਹੀਂ ਨਹੀਂ ਬਹੁਤ ਦੇ ਠੀਕ ਹੈ ਆਪਾਂ ਸਾਲ ਇਸ ਤੇ ਸਾਲ ਬੀਲ ਬੰਦ ਹੀ ਰਹਿਣੇ ਬਾਕੀ ਯਾਰ ਕੋ 10 10 20 ਵਾਲੇ ਇਹ ਵੱਡੇ ਨਗਰ ਦੇ ਕੰਡਰ ਟੱਕਣੇ ਹਨ ਸਪੀਡ ਸਪੀਡ ਐ ਐ ਤੇਰਾ ਭਲਾ ਜੇ ਤੇਰਾ ਟੋਕੜੀ ਲਾਉਣਾ ਲਿਮਕਾ ਆ ਗਿਆ ਜੀ ਓ ਯਾਰ ਉਹ ਕੰਮ ਤੇ ਕਰੀਏ ਨਹੀਂ ਮਿਲੀ ਨਹੀਂ ਪੰਜੇ ਉਹ ਢਿਲੋ ਬਈਆ ਜੀ ਐਕਟਿੰਗ ਕਰਕੇ ਖਾਈਏ ਢਿਲੋ ਬਈਆ ਮੈਂ ਤਾਂ ਢਿਲੋ ਬਈ ਉਹ ਵੀ ਜਵੰਦਾ ਹੈ ਤਾਂ ਉਹ ਮੈਂ ਸੇ ਪੁੱਛੀ ਰਾ ਸਿਮੂ ਆ ਚਲੀਏ ਢਿਲੋ ਵੀਰਾ ਪਰ ਉਹ ਚੇਤਾ ਭੁੱਲ ਢਿਲੋ ਬਈਆ ਕਿਹਾ ਢਿਲੋ ਵੀਰਾ ਕਿਹਾ ਚੇਤਾ ਭੁੱਲ ਗਿਆ ਮੈਨੂੰ ਯਾਰ ਬਈਆ ਕਿਹਾ ਨਾ ਢਿਲੋ ਬਈਆ ਬੰਦਾ ਡਰਾਤਾ ਲਾਤਨੇ ਨਾ ਨਾ ਤੂੰ ਬੰਦਾ ਡਰਾਤਾ ਇਧਰ ਓਏ ਹਾਂ ਇਹ ਲੈ ਜਾਣਾ ਇਹਨੂੰ ਇਹਦਾ ਤਾਂ ਕਿਹ ਕੰਮ ਹੈ ਸਾਰਾ ਅੱਜ ਇਹੀ ਤਾਂ ਅੱਜ ਮੇਨ ਹੀ ਆ ਜਦੋਂ ਵਿਆਹ ਚ ਪਰੌਣਾ ਨਹੀਂ ਹੁੰਦਾ ਅੱਜ ਇਹਨੂੰ ਲੈ ਲੈ ਤੁਰੇ ਪੈਣਾ ਜਾਂਦੇ ਆ ਪਹਿਲਾਂ ਬੋਲਿੰਗ ਖੇਡਣੀ ਫਿਰ ਸ਼ਾਪਿੰਗ ਠੀਕ ਹੈ ਡਾਨੇ ਆ ਗੱਡੀ ਕਰ ਬੰਦ ਤੈਨੂੰ ਐਕਟਿੰਗ ਕਰਕੇ ਖਵਾਉਣ ਢਿੱਲੋ ਬਈ ਵਾਲੀ ਲੈ ਸੱਚੀ ਤੈਨੂੰ ਕੈਮਰਾ ਫੜਨਾ ਪੈਣਾ ਵਾ ਫਿਰ ਹੀ ਹੋਊਗੀ ਵਿਆਹ ਤਾਂ ਬੰਦ ਕਰਨਾ ਹਾਂ ਢਿੱਲੋ ਬਈ ਆ ਫੜਨਾ ਬੜੀਆਂ ਆਟਮਾਂ ਹੁੰਦੀਆਂ ਦੱਸੀਆਂ ਨਹੀਂ ਆ ਕੁੜੀਆਂ ਤੁਰਦੇ ਨੇ
ਗੇਮ ਜਿੱਤ ਲਈ ਗਈ ਅੱਜ ਮੌਜ ਫਿਰ ਆਪਾਂ ਬੜੀ ਆਡਮਾਂ ਲਾਉਣੀਆਂ गल भुल गई मैं मैं भी मित्र कर चलिया शॉपिंग बड़े ना आ गई तू नी बोलदा बाल नी सेट करा के देते नॉर्मल पे नहीं है अज कबीर ने कमेंट किया बड़ा सोहना मेनू गल जी नॉर्मल पे नहीं है ये रब ने बनाया ही बंदे ने कमेंट किया कहिंदा उस्ताद तेरी नींद साफ ही कहिंदा जिहड़े लोकां ने तेरे रसोई नूं तेरे घर नूं जां तैनूं माड़ा बोलिया ही उन्हां दा हंकार रब अज भन्नण डिया वा चपेड़ा मजण लई सीधे जाण दो भाई ते ओह चीज़ दा भाई दा कमेंट पढ़ के मैनूं इन्नी ज्यादा खुशी होई ना कि यार आपां ते अपनी मेहनत करी जांदे आं आपां नूं थोड़ी पता सी हैना ਕਿ ਆਹ ਚੀਜ਼ਾਂ ਹੋ ਜਾਣੀਆਂ ਮਾਲਕ ਦੇਣ ਵਾਲਾ ਜੇ ਆਪਣੇ ਮਾੜੇ ਟਾਈਮ ਤੁਸੀਂ ਪੈਰ ਨਹੀਂ ਛੱਡੇ ਡਟੇ ਰਹੇ ਪੈਰ ਗੁਰੂ ਐ ਨਹੀਂ ਜੰਮ ਗਏ ਸਹੀ ਗੱਲ ਆ ਚੀਕਾਂ ਨਿਕਲੀਆਂ ਪਈਆਂ ਹੀ ਹੁਣ ਆਪਣੇ ਪੈਰ ਜੰਮੇ ਆ ਬਾਕੀ ਚੀਕਾਂ ਨਿਕਲ ਨਹੀਂ ਮਿੱਤਰਾ ਇੱਧਰ ਗਾਰੀਆਂ ਪਾ ਚੁੱਕੀਆਂ ਵਾ ਬਸ ਚੁੱਕੀਆਂ ਵਾ ਗੱਡੀ ਤੋਂ ਨੀ ਥੱਲੋਣੀ ਵਿਸਾਖੀ ਦਾ ਮੇਲਾ ਕਰਾਈਏ
ਮਿੱਤਰਾ ਕੰਮ ਰੜੋ ਰੜੀ ਹੋ ਗਿਆ ਜੀ। ਸੱਬਲ ਪੱਖੋ ਕੇ ਸਿੰਮੂ ਬੂਟਰ ਜੋਲ ਤੇ ਮਹਾਂਵੀਰ ਲਾ ਵੀ ਬੋਲਿੰਗ ਬੜੇ ਦਿਨਾਂ ਦੀ ਕਰਨ ਨੂੰ ਬਿਲਣੇ ਸੀ। ਸੱਬਲ ਸੱਬਲ ਆਪਣਾ ਸੱਬਲ ਮੇਨ ਬੰਦਾ ਸੱਬਲ ਲੈ ਵੀ ਉੱਧਰ ਵੇਖੋ ਸਕਰੀਨ ਤੇ ਵੀ ਨਾ ਕਿਆ ਬਾਤ ਹੈ। ਪਹਿਲੇ ਤਾਂ ਸੱਬਲ ਪੱਖੋ ਕੇ ਸਿੰਮੂ ਬੂਟਰ ਜੋਲ ਤੇ ਮਹਾਂਵੀਰ ਮੈਦਾਨ ਚ ਆਉਂਦੇ ਆਏ ਮੁੰਡੇ ਖਲੋਇਆ ਖਲੋਇਆ ਨੀ ਬੜੀ ਭਾਰੀ ਆ ਐਵੇਂ ਥੋੜੀ ਆ ਇਹ ਵੇਖਣ ਨੂੰ ਹੌਲੀ ਲੱਗਦੀ ਆ ਜਿੱਦ ਪਗਾਤੀ ਆ ਵੀ ਜਿੱਦ ਕਿੰਨੇ ਦਿਨਾਂ ਤੇ ਫੜੀ ਹੋਈ ਸੀਗੀ ਬੋਲਿੰਗ ਖੇਡਣੀ ਬੋਲਿੰਗ ਖੇਡਣੀ ਅੱਜ ਦੇਖ ਲੈਣੇ ਕਿੰਨੇ ਕੁ ਰੰਗ ਲੱਗਦੇ ਬੋਲਿੰਗ ਅੱਗੇ 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 ਕੋਸਾ ਵਾਪ ਅੱਗੇ ਹੋਏ ਨੇ
ਸਭ ਤੋਂ ਜ਼ਿਆਦਾ ਹਾਂ ਬਾਰੀਆਂ ਦੋ ਦੋ ਲੱਗੀਆਂ ਤੇ ਜੀ ਬਾਰੀ ਚ ਲੰਬੀ ਆ ਓਕੇ ਸੋਈ ਤੇਜ਼ ਮਾਰਿਆ ਕਰ ਬਾਈ 36-30-24 ਤੇ ਲੋਏ ਸਭ ਤੋਂ ਘੱਟ ਜੇ हल्की बॉल दो ना भैया कोच साहब पीछे नू ना सट दियो ढिलो भी रहता जितना आप चल हम दूजी लत तो लग देखो सिलेक्ट करके बाह नहीं कमाई दस चक्कर पै गया मुबारक जी बहुत बहुत चलो सब्बल जित गया मित्रों सब्बल 140 पखो गए 76 सिमू पुटर 103 जोल 123 सरपंच चलिए तू दस तीन लगी पिछे माड़ा जहाँ इतना फिटिंग नहीं पाया कर तेरे हिसाब तेन जी चंगी लगे जेडी ब्रांड की लैनी लै ला भरावा तेन कोई ना नहीं अज तेन मौका ही मर्जी बाड़ लो अद्धा घंटा सिटा उठना ही कद्दू जा लिया नहीं लिया मैं लिफाफा भर लिया इधर वेलो निसल के पिया वा की गल हुई थक गया वा सारे दो चीजा ले गए थक गया वा है शॉपिंग करनी सौखी पी कि ठीक है चक्कर पै जा सही गल है आ ले लिया प्रभ गहना ले लिया होगी निशान एक तरली ले लिया एड़ा मुबारक जी मुबारक मुबारक लम्बे पैके खाए करा डंड मार पंज कि डंड पंज कि खुशी वेला ब्लूटूथ लागी है क्या बात हुई पी है सरपंच बहुत बहुत मुबारक है ढिल तो नहीं लगनी ना इन्हें लवानी है जी सब तो इन्हें लवानी मैं सब तो हेट दिलवाणी मैं लवा लेंगे करा सारे अच्छा ठीक है नवी आइटम ले लिया बहुत वधिया की गल हुई है आओ चलिए बिल की बारी हैगी आओ चलिए आ जा इधर बिल की बारी हैगी आ जाओ इधर वो गल कर बिल की बारी आई इधर बहुत
ਤੈਨੂੰ ਬਾਹਰ ਰੇਹੜੀ ਤੇ ਲਿਜਾਣਾ ਤੈਨੂੰ ਅੰਦਰ ਕਿਹੜੇ ਪਾੜੇ ਤੂੰ ਆਪੇ ਨੂੰ ਬੜੀ ਗਈ ਤੂੰ ਕਿੱਧਰ ਲੈ ਅੰਦਰ ਮੈਂ ਤੈਨੂੰ ਘਰੇ ਛੱਡ ਗਿਆ ਸੀ ਵਾਪਸ ਵਾਪਸ ਮੁੜਾ ਫਰੇਮ ਚੋਂ ਬਾਹਰ ਨੀ ਆਉਣਾ ਫਰੇਮ ਇੱਥੇ ਰਹਿਣਾ ਇੱਕ ਜਗ੍ਹਾ ਤੇ ਉੱਠਿਆ ਨੀ ਜਾਣਾ ਉੱਠਿਆ ਨੀ ਜਾਣਾ ਨਹੀਂ ਅਜੋ ਬਈ ਅਜੋ ਬਹੁਤ ਐਕਟਿੰਗ ਕਰ ਲਈ ਬਹੁਤ ਫਨ ਕਰ ਲਿਆ ਚੱਲੀਏ ਬਈ ਚੱਲ ਮੁੰਡੇ ਜਸਟ ਚਿੱਲ ਨਜ਼ਾਰੇ ਲਿਆ ਕਰੋ ਐ ਜਸਟ ਚਿੱਲ ਕਿੱਦਾਂ ਮੈਂ ਫੜਦਾ ਫੋਨ ਤਰਾ ਲਿਆ ਚਲੋ ਜੀ ਕਿੱਧਰ ਲੇ ਪਰਲੇ ਬਸ ਆ ਜਾਓ ਜੀ ਧਮਕੀ ਧਮਕ ਬੇਸ ਨਾ ਪਾਇਓ ਕੀ ਆਟਾ ਵਾਟਾ ਪਾ ਤੁਹਾਡੀ ਭੈਣ ਥੋੜੀ ਤੂੰ ਬਾਈ ਲਾਣੀ ਨਹੀਂ ਮੈਂ ਨਹੀਂ ਲਾਉਂਦਾ ਉਹਨੇ ਆਟਾ ਵਾਟਾ ਪਾ ਲਾਉਣੇ ਪੈਣੇ ਚੰਗਾ ਸੀ ਆਪਣੇ ਫੜਿਆ ਆਟੇ ਬਾਟੇ ਨੇ ਭੈਣ ਮੈਂ ਛੇੜੀ ਪਾ ਬੈਠਾ ਚਲੋ ਯਾਰ ਚੱਲੀਏ ਪਛਾਣ ਚਲੋ ਯਾਰ ਚੱਲੀ ਭੁੱਖ ਲੱਗੀ ਨਹੀਂ ਪਤਾ ਤਾਂ ਨਾ ਲਿਆ ਕਰੋ ਗੱਡੀ ਮੈਸੇਜ ਲੱਭਣ ਡਿਆ ਯਾਤਰਾ ਕੰਮ ਚੁੱਕਣੀ ਵਾਲੇ ਜੀ ਦੂਰ ਬੜੀ ਪੈ ਪੈ ਉਧਰ ਇਹ ਨਾ ਪੈਂਡਾ ਬੜਾ ਥੱਲੇ ਲੱਗਦਾ ਤੱਕ ਓਵੇ ਉਹਨਾਂ ਲੱਭਣ ਲਿਖਿਆ ਵਾ ਗੱਡੀ ਗਵਾ ਕੇ ਬਹਿ ਗਈ ਇੱਥੇ ਜਾਣਾ ਵੇਲੇ ਫੋਟੋ ਖਿੱਚੀ ਧਿਆਨ ਨਾ ਸਿਰਜਣਾ ਮਾਰ ਲਈ ਤੇ ਲੈ 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 ਛੱਤ ਲੱਗਦਾ ਫਿਰ ਉਹਨੂੰ ਉਹ ਤੇਰੀ ਭੈਣ ਤੇ ਚੜ੍ਹਨ ਫਿਰਦਾ ਹੀ ਭੈਣ ਚ ਤੇਰੇ ਸਾਰਾ ਤੇਰੇ ਹੱਸੇ ਦਾ ਹੱਸਾ ਆ ਜਾਂਦਾ ਭੈਣ ਚ ਖੁੱਲੇ ਪੈ ਹੈਗੇ ਮੈਂ ਕਿੰਨੇ ਚਾਹੀਦੇ ਕਹਿੰਦੇ 100 ਮੈਂ ਕਿਹਾ ਸਾਡੇ ਵਾਲੇ 10 ਨੂੰ ਕਹਿੰਦੇ ਪਹੁੰਚੋ ਟਾਈਮ ਸਿਰ ਤੁਸੀਂ ਕਰੋ ਕਾਰਡੀਓ ਤੁਸੀਂ ਆਪਣੀ ਕਾਰਡੀਓ ਕਰੀ ਅੱਜ
ਮਸ਼ੀਨ ਚੱਲ ਵੀ ਕਾਲੀ ਵਾਲੀ ਕਾਲੀ ਵਾਲੀ ਮਸ਼ੀਨ ਚੱਲ ਪਣੀ ਸਬੰਧ ਨੂੰ ਵੇਖੀ ਕੀ ਖਾਣਾ ਦੱਸੋ ਵਿਕੀ ਫਿਸ਼ ਅੱਛਿਆ ਠੀਕ ਆ ਓਨਲੀ ਫਿਸ਼ ਓਨਲੀ ਫਿਸ਼ ਇਹ ਠੰਡੇ ਠੰਡੇ ਮਿਲਨੇ ਗੱਲੇ ਫਲੈਟ ਬਾਅਦ ਚ ਬੰਦ ਹੋ ਜਾਣਾ ਸਾਜ ਜੀ ਕੋਈ ਨਹੀਂ ਆਪਾਂ ਨੂੰ ਕਿਹੜਾ ਭੁੱਖ ਲੈਣੀ ਆ ਜਾ ਮੜਾ ਜਿਹਾ ਕਰਾ ਆਰਡਰ ਕਿ ਤਿਆਰ ਹੋਏ ਸਟਾਈਲ ਸੇ ਅੱਛਿਆ ਠੀਕ ਆ छोटे बार रील बॉस कित्थों आ गया नजर लग गई भैन चो एडी ओखी हो गई मछली कुड़ी है सौ लगे मैं जो जाओ और लिया दो मछली पता खड़ा लोहे फ्रिज ला दे मैं बड़े सवाद ला बड़े सवाद ना इतने लत जी लाके ना खान लगा साली इतो चुट की मेरी गल सुन आ बड़ा चुप पे ले भी मित्रा नहीं देखी तेरी लफाफा चुक लै बस ना ना भी तां चल तेरी भैन पंज उफ मैं थकी ओए जिद बॉलिंग खेडने ही उसने लागे कुड़िया ही उन्होंने एक्टिंग करके खावे आप कल कल खावे कल सवेरे नहीं अज नहीं कल कल ना ना कल कल फ्लोर ही पहला आए आप